ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਬੱਚਿਓ, ਸਾਡਾ ਅੱਜ ਦਾ ਸਵਾਲ ਹੈ, ਯੂਜ਼ਿੰਗ ਐਲੀਮੈਂਟਰੀ ਟ੍ਰਾਂਸਫੋਰਮੇਸ਼ਨ ਫਾਇੰਡ ਦਾ ਇਨਵਰਸ ਆਫ 1 3 ਮਾਈਨਸ 2 3 0 ਮਾਈਨਸ 1 ਐਂਡ 2 1 0। ਹੁਣ ਸਾਨੂੰ ਪਤਾ ਹੈ ਕਿ ਐਲੀਮੈਂਟਰੀ ਟ੍ਰਾਂਸਫੋਰਮੇਸ਼ਨ ਮਤਲਬ ਹੁੰਦਾ ਹੈ a ਇਜ਼ ਇਕੁਅਲ ਟੂ ਆਈ ਏ, ਅਤੇ ਇਹਦੇ ਵਿੱਚ ਲੈਫਟ ਸਾਈਡ ਵਿੱਚ a ਦੀ ਵੈਲਿਊ, a ਯਾਨੀ ਕਿ ਜਿਹੜਾ ਮੈਟ੍ਰਿਕਸ ਸਾਨੂੰ ਗਿਵਨ ਹੈ ਉਹਦੀ ਵੈਲਿਊ ਸਬਸਟੀਟਿਊਟ ਕਰਾਂਗੇ। ਮਾਈਨਸ 3 0 ਮਾਈਨਸ 1 2 1 0। ਹੁਣ ਰਾਈਟ ਸਾਈਡ ਤੇ ਸਾਡੇ ਕੋਲ ਆਈ ਯਾਨੀ ਕਿ ਆਈਡੈਂਟੀਟੀ ਮੈਟ੍ਰਿਕਸ ਹੁੰਦਾ ਹੈ 1 0 0 0 1 0 0 0 1। ਹੁਣ ਅਸੀਂ ਇਹਦੇ ਵਿੱਚ ਆਪਰੇਸ਼ਨਸ ਲਗਾ ਕੇ ਲੈਫਟ ਹੈਂਡ ਸਾਈਡ ਨੂੰ ਆਈਡੈਂਟੀਟੀ ਮੈਟ੍ਰਿਕਸ ਵਿੱਚ ਬਦਲਣਾ ਹੈ। ਸਭ ਤੋਂ ਪਹਿਲਾਂ ਅਸੀਂ ਲਾ ਲੈਂਦੇ ਹਾਂ ਆਰ 2 ਪਲੱਸ 3 ਆਰ 1 ਐਂਡ ਆਰ 3 ਮਾਈਨਸ 2 ਆਰ 1। ਇਹ ਆਪਰੇਸ਼ਨਸ ਲਾਉਣ ਤੋਂ ਬਾਅਦ ਸਾਡੇ ਕੋਲ ਆਏਗਾ 1 3 ਮਾਈਨਸ 2 0 9 ਮਾਈਨਸ 7 0 ਮਾਈਨਸ 5 4। ਅਤੇ ਰਾਈਟ ਸਾਈਡ 'ਤੇ ਸਾਡੇ ਕੋਲ ਆ ਜਾਏਗਾ 1 0 0 3 1 0 ਮਾਈਨਸ 2 0 1। ਹੁਣ ਅਸੀਂ ਇਹ ਦੋਨੋਂ 0 ਬਣਾ ਲਏ ਨੇ। ਹੁਣ ਅਸੀਂ ਕੀ ਕਰਾਂਗੇ, ਹੁਣ ਅਸੀਂ ਆਰ 1 ਤੇ ਅਪਲਾਈ ਕਰ ਲੈਂਦੇ ਹਾਂ। ਆਰ 1 ਮਾਈਨਸ 1 ਬਾਏ 3 ਆਰ 2, ਇਹ ਸਾਡੇ ਕੋਲ ਆ ਜਾਏਗਾ 1 0 1 ਬਾਏ 3 0 9 ਮਾਈਨਸ 7 0 ਮਾਈਨਸ 5 4। ਰਾਈਟ ਸਾਈਡ ਤੇ ਸਾਡੇ ਕੋਲ ਬਣ ਜਾਏਗਾ 0 ਮਾਈਨਸ 1 ਬਾਏ 3 0 3 1 0 ਮਾਈਨਸ 2 0 1। ਹੁਣ ਨੈਕਸਟ ਅਸੀਂ ਲਾ ਲੈਂਦੇ ਹਾਂ ਆਰ 2 ਤੇ 1 ਬਾਏ 9 ਆਰ 2, ਤੇ ਇਹ ਸਾਡੇ ਕੋਲ ਆ ਜਾਏਗਾ 1 0 1 ਬਾਏ 3 0 1 ਮਾਈਨਸ 7 ਬਾਏ 9 0 ਮਾਈਨਸ 5 4 is equal to 0 minus 1 by 3 0 1 by 3 1 by 9 0 minus 2 0 1 a। next ਅਸੀ ਕਰ ਲੈਨੇ ਆ r 3 ਤੇ r 3 plus 5 r 2, ਤੇ ਸਾਡੇ ਕੋਲ ਆ ਜਾਏਗਾ 1 0 1 by 3 0 1 minus 7 by 9 0 0 1 by 9 is equal to 0 minus 1 by 3 0 1 by 3 1 by 9 0 minus 1 by 3 5 by 9 1 a। ਹੁਣ ਨੈਕਸਟ ਅਸੀਂ ਲਿਖ ਸਕਦੇ ਹਾਂ r 1 ਤੇ r 1 minus 3 r 3 ਐਂਡ r 2 ਤੇ ਆਰ 2 ਪਲੱਸ 7 ਆਰ 3, ਤੇ ਇੱਥੋਂ ਸਾਡੇ ਕੋਲ ਆ ਜਾਏਗਾ 1 0 0 0 1 0 0 0 1 ਬਾਏ 9 ਇਜ਼ ਇਕੁਅਲ ਟੂ 1 ਮਾਈਨਸ 2 ਮਾਈਨਸ 3 ਮਾਈਨਸ 2 4 7 ਮਾਈਨਸ 1 ਬਾਏ 3 5 ਬਾਏ 9 1। ਹੁਣ ਬਾਕੀ ਸਾਰੀ ਚੀਜ਼ਾਂ ਬਣ ਗਈਆਂ ਨੇ, ਬਸ ਇਹ 1 ਬਾਏ 9 ਰਹਿ ਗਿਆ ਹੈ। ਇਹਦਾ ਮਤਲਬ ਆਰ 3 ਤੇ ਆਪਾਂ ਕਰ ਦਿੰਦੇ ਹਾਂ 9 ਆਰ 3। ਤੇ ਇਸ ਤੋਂ ਬਾਅਦ ਸਾਡੇ ਕੋਲ ਆ ਗਿਆ ਲੈਫਟ ਸਾਈਡ ਤੇ ਸਾਡੀ ਬਣ ਗਈ ਆਈਡੈਂਟੀਟੀ 001 ਇਜ ਇਕੁਅਲ ਟੂ, ਤੇ ਰਾਈਟ ਸਾਈਡ ਤੇ ਬਣ ਜਾਏਗਾ 1 ਮਾਈਨਸ 2 ਮਾਈਨਸ 3 ਮਾਈਨਸ 2 4 7 ਮਾਈਨਸ 3 5 9 a।
ਹੁਣ ਜਦ ਇੱਥੇ ਆਇਡੈਂਟੀਟੀ ਬਣ ਗਈ ਹੈ, ਇਹਦਾ ਮਤਲਬ ਹੈ ਸਾਡਾ ਏ ਇਨਵਰਸ ਆ ਗਿਆ ਹੈ 1 -2 -3 -2 4 7 -3 5 9। थैंक यू।